ਪੰਜਾਬ ਵਿੱਚ ਚੱਲ ਰਹੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਪੰਜਾਬ ਪੁਲਿਸ ਵੱਲੋਂ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ। ਤਸਵੀਰਾਂ ਮੋਗਾ ਦੀਆਂ ਹਨ ਜਿੱਥੇ ਕਿ ਬਾਹਰ ਬੇਵਜ੍ਹਾ ਘੁੰਮਣ ਵਾਲਿਆਂ ਦੇ ਖਿਲਾਫ ਪੁਲਿਸ ਨੇ ਸਖਤੀ ਕੀਤੀ ਹੈ ਅਤੇ ਖਾਸ ਤੌਰ ਤੇ ਅਜਿਹੇ ਵਿਅਕਤੀਆਂ ਨੂੰ ਫੜ ਕੇ ਓਪਨ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਰਿਹਾ ਹੈ। ਮੋਗਾ ਦੇ ਗੋਦੇਵਾਲਾ ਸਟੇਡੀਅਮ ਵਿੱਚ ਪੰਜਾਬ ਪੁਲਿਸ ਨੇ ਓਪਨ ਜੇਲ੍ਹ ਬਣਾਈ ਹੈ ਜਿੱਥੇ ਕਿ ਬਿਨਾਂ ਮਾਸਕ ਤੋਂ ਘੁੰਮਣ ਵਾਲੇ ਲੋਕਾਂ ਜਾਂ ਫਿਰ ਬੇਵਜ੍ਹਾ ਬਾਜ਼ਾਰਾਂ ਦੇ ਚੱਕਰ ਲਾਉਣ ਵਾਲਿਆਂ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲੈ ਕੇ ਉਹਨਾਂ ਖਿਲਾਫ਼ ਇਹ ਕਾਰਵਾਈ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਗੋਦੇਵਾਲਾ ਦੇ ਸਟੇਡੀਅਮ ਵਿੱਚ ਬਣਾਈ ਗਈ ਓਪਨ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ। ਇਸ ਸੰਬੰਧੀ DSP ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਜੋ ਲੋਕ ਬਿਨਾਂ ਕੰਮ ਦੇ ਬਾਜ਼ਾਰਾਂ ਵਿੱਚ ਘੁੰਮਦੇ ਹਨ ਜਾਂ ਫਿਰ ਬਿਨਾਂ ਮਾਸਕ ਤੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉਹਨਾਂ ਦੇ ਖਿਲਾਫ਼ ਅਜਿਹੀ ਕਾਰਵਾਈ ਕਰਕੇ ਉਹਨਾਂ ਨੂੰ ਇਸ ਓਪਨ ਜੇਲ੍ਹ ਵਿੱਚ ਲਿਆਂਦਾ ਜਾਂਦਾ ਹੈ ਅਤੇ 4 ਘੰਟੇ ਇੱਥੇ ਬਿਠਾਉਣ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਉਹਨਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ 'ਤੇ ਅਮਲ ਕੀਤਾ ਜਾਵੇ ਨਹੀਂ ਤਾਂ ਪੰਜਾਬ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਨੂੰ ਦੇਖਦੇ ਸ਼ਾਮ ਤੱਕ ਇਹ ਜਿਹੜੇ ਕੋਵਿਡ ਦੀਆਂ ਉਲੰਘਣਾ ਕਰਦੇ ਨੇ ਐਵੇਂ ਬਿਨਾਂ ਕਿਸੇ ਮਤਲਬ ਬਿਨਾਂ ਐਮਰਜੈਂਸੀ ਤੋਂ ਸੜਕਾਂ 'ਤੇ ਤੁਰੇ ਫਿਰਦੇ ਆ, ਮਾਸਕ ਨਹੀਂ ਪਾਏ ਇਹਨਾਂ ਨੂੰ। ਇਸ ਕਰਕੇ ਇਹਨਾਂ ਨੂੰ ਅਸੀਂ ਇੱਥੇ ਟੈਂਪਰੇਰੀ ਜੇਲ੍ਹ ਬਣਾਈ ਆ ਗੋਦੇਵਾਲਾ ਸਟੇਡੀਅਮ 'ਚ, ਅਤੇ ਜਿਹੜੇ ਵੀ ਇੱਦਾਂ ਦੇ ਸਾਨੂੰ ਮਿਲਦੇ ਸੜਕਾਂ 'ਤੇ ਗਲੀਆਂ ਮੁਹੱਲਿਆਂ 'ਚ ਅਸੀਂ ਉਹਨਾਂ ਨੂੰ ਇੱਥੇ ਲਿਆ ਕੇ ਰੱਖ। ਅੱਜ ਨਵੀਂ ਗਾਈਡਲਾਈਨਸ ਵੀ ਜਾਰੀ ਹੋਈ ਹੈ, ਕਿਹੜੀ ਕਿਹੜੀ ਗਾਈਡਲਾਈਨਸ ਦੇ ਵਿੱਚ? ਉਹ ਗਾਈਡਲਾਈਨਸ ਉਹ ਤਾਂ ਦੁਕਾਨਾਂ ਦੇ ਬਾਰੇ ਨੇ, ਅਲੱਗ ਅਲੱਗ ਦੁਕਾਨਾਂ ਦੀ ਕਿਹੜੀ ਦੁਕਾਨ ਜਿਵੇਂ ਕਰਿਆਨਾ ਬੁੱਧਵਾਰ ਨੂੰ ਖੁੱਲ੍ਹਣਾ ਉਹਦਾ ਟਾਈਮ ਵੀ ਫਿਕਸ ਕਰ ਦਿੱਤਾ ਗਿਆ। ਅਤੇ ਇਹਨਾਂ ਨੂੰ ਅੱਜ ਕਿੰਨੇ ਵਜੇ ਤੱਕ ਇਹਨਾਂ ਨੂੰ ਛੱਡ ਦਿੱਤਾ ਜਾਵੇਗਾ ਜਾਂ ਇਹਨਾਂ 'ਤੇ ਹੋਰ ਵੀ ਕੋਈ ਕਾਰਵਾਈ? ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।